ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਯੂਟਿਊਬ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਭੱਖਾ ਹਰੀ ਸਿੰਘ, ਤਹਿਸੀਲ ਅਜਨਾਲਾ ਅਤੇ ਜ਼ਿਲ੍ਹਾ ਅੰਮ੍ਰਿਤਸਰ। ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਤੋਕੜ ਗੱਬਣ ਮੱਝਾਂ ਦਿਖਾਉਣੀਆਂ, ਦੋਵੇਂ ਚੰਗੇ ਰਿਕਾਰਡ ਵਾਲੀਆਂ ਤੁਹਾਨੂੰ ਦਿਖਾਵਾਂਗੇ। ਦੋਵੇਂ ਮੱਝਾਂ ਜਿਹੜੀਆਂ ਚੈੱਕ ਪਾਸ ਆ, ਬਾਕੀ ਬਾਰਿਸ਼ ਜਿਹੜੀ ਅੱਜ ਸਵੇਰ ਦੀ ਕਾਫੀ ਆਉਂਦੀ ਹੈ ਅਤੇ ਹੁਣ ਵੀ ਜਿਹੜਾ ਕਾਫੀ ਤੇਜ਼ ਮੀਂਹ ਪੈ ਗਿਆ ਹਟਿਆ ਵਾ। ਅਤੇ ਹੁਣ ਤੁਹਾਨੂੰ ਆ ਦੋਵੇਂ ਮੱਝਾਂ ਜਿਹੜੀਆਂ ਦਿਖਾਉਂਦੇ ਹਾਂ ਆਪਾਂ, ਪਹਿਲੀ ਵਾਰੀ ਇਸ ਘਰ ਦੇ ਵਿੱਚ ਤੁਹਾਨੂੰ ਵੀਡੀਓ ਦਿਖਾਉਣੀ ਹੈ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਵੀਰ ਜੀ ਨਾਮ ਦੱਸਦੇ ਕਰੀ ਆਪਣਾ। ਨਾਮ ਜੀ ਸੁਨੀਲ ਗਿੱਲ ਜੋ। ਹਾਂਜੀ। ਅਤੇ ਪਿੰਡ ਭੱਖਾਰੀ ਸਿੰਘ ਆ, ਡੈਡੀ ਨਾਲ, ਡੈਡੀ ਦਾ ਨਾਮ ਬੂਟੇ ਦੋਤੀ ਜੋ। ਠੀਕ ਹੈ ਜੀ। ਹਾਂਜੀ। ਅਤੇ ਅਜਨਾਲਾ ਬਿਲਕੁਲ ਨਾਲ ਹੀ ਆਪਾਂ ਨੂੰ, ਹੈ ਨਾ? ਅਜਨਾਲਾ ਪਿੰਡ ਆ। ਅਜਨਾਲੇ ਦੇ ਵਿੱਚ ਹੀ ਆਪਣਾ ਇੱਕ ਹਿਸਾਬ ਦਾ, ਹੈ ਨਾ? ਬਿਲਕੁਲ ਜੁੜਿਆ ਹੀ ਪਿੰਡ ਆਪਣਾ ਅਜਨਾਲੇ ਦੇ ਨਾਲ। ਅਤੇ ਜ਼ਿਲ੍ਹਾ ਆਪਣਾ ਅੰਮ੍ਰਿਤਸਰ, ਹੈ ਨਾ? ਜੀ, ਡਿਸਟ੍ਰਿਕਟ ਅੰਮ੍ਰਿਤਸਰ। ਅਤੇ ਫੋਨ ਨੰਬਰ ਬੋਲਦਾ ਇੱਕ ਜੀ। ਫੋਨ ਨੰਬਰ 98-149-7756। ਠੀਕ ਹੈ। 9814975625। ਮੱਝਾਂ ਦੋਵੇਂ ਤੋਕੜ ਗੱਬਣ ਹੈ? ਮੱਝਾਂ ਇਹ ਜਿਹੜੀ ਵੱਡੀ ਹੈ 4 ਮਹੀਨਿਆਂ ਦੀ ਗੱਬਣ ਆ। ਅੱਛਾ ਜੀ। 6 ਕਿਲੋ ਦੁੱਧ ਆ, ਹੈਗਾ 7 ਆ ਪਾਛੇ ਦੱਸਣਾ। ਚਲੋ, ਇਹ 3 ਮਹੀਨੇ ਦੀ ਗੱਬਣ ਆ, ਇਹਦੇ 4 ਕਿਲੋ ਦੁੱਧ ਜੋ। ਚਲੋ ਬੂਰੀ ਬਾਰੇ ਫਿਰ ਪਹਿਲਾਂ ਦੱਸਦੇ ਆ। ਇਹ 3 ਮਹੀਨਿਆਂ ਦੀ ਗੱਬਣ ਜੇ। 3 ਮਹੀਨੇ ਦੀ ਗੱਬਣ, 4 ਕਿਲੋ ਦੁੱਧ। 3 ਮਹੀਨਿਆਂ ਦੀ ਗੱਬਣ ਜਿਹੜੀ ਚੱਕ ਪਾਸ ਜੇ। ਬਾਕੀ ਦੋਵੇਂ ਚੰਗੇ ਖੁੱਲੇ ਹਵਾਨੇ ਦੀਆਂ ਮਾਲਕਾਂ ਵਾ। ਬੰਦ ਹੈ ਕਰੀ ਕੋਈ ਮੂੰਹ ਦੀ ਬੜੀ ਸੀਲ ਆ। ਅੱਛਾ ਜੀ। ਆ ਦੇ ਸਾਡੇ ਇਸ ਤਰ੍ਹਾਂ ਹੀ ਜਿਹੜਾ ਦੂਜਾ ਸੂਆ ਜੋ, ਸੂਆ ਜਿਹੜਾ ਇਹਦਾ ਦੂਸਰਾ ਹੈ। ਬਾਕੀ ਪੱਖ ਥੋੜ੍ਹਾ ਥੋੜ੍ਹਾ ਨੀਲੀ ਦਾ ਵੀ ਰੱਖਦੀ ਅਤੇ ਲੋਹੀ ਦਾ ਵੀ ਰੱਖਦੀ ਹੈ। ਆਨੇ ਤੇ ਤੁਹਾਨੂੰ ਲਾਗੇ ਤੋਂ ਦਿਖਾ ਲਈਏ ਇੱਕ ਵਾਰੀ। ਆ ਦੇ ਸਾਡੇ ਅਗਲੇ ਪਿਛਲੇ ਥਣਾਂ ਦਾ ਸਾਈਜ਼ ਲਗਭਗ ਇੱਕੋ ਜਿਹਾ ਹੀ ਆ। ਵੀਰ ਜੀ ਕਿੰਨੇ ਚਿਰ ਦੀ ਚੱਕ ਪਾਸ ਜੇ ਬਲੀ? ਵੀਰ ਜੀ 3 ਮਹੀਨੇ ਦੀ। ਕਿੰਨਾ ਦੁੱਧ ਜੇ ਮੌਕੇ ਤੇ? ਮੌਕੇ ਤੇ 4 ਕਿਲੋ ਜੀ। ਤੇ ਮਿਲਦੀ ਕਿੱਦਾਂ ਜੀ? ਇਹ ਭਾੜੇ ਦਾ ਥਾਪੀ ਦੀ ਵੀ ਮਿਲਦੀ ਤੇ ਟੀਕੇ ਦੀ ਵੀ ਮਿਲਦੀ। ਅੱਛਾ। ਹਾਂਜੀ। ਇੱਕ ਟਾਈਮ ਟੀਕੇ ਤੇ ਇੱਕ ਟਾਈਮ? ਹਾਂਜੀ ਹਾਂਜੀ, ਭਾੜੇ ਤੇ, ਹੈ ਨਾ? ਇੱਕ ਟਾਈਮ ਭਾੜੇ ਦੇ, ਇੱਕ ਟਾਈਮ ਟੀਕੇ। ਤੇ ਇਹਦਾ ਪਤਾ ਸੱਜਣ ਨੇ ਕਿੰਨਾ ਕੁ ਦੁੱਧ ਚਵਾਇਆ ਜੀ? ਸੱਜਰ ਜਿੰਨਾ ਕੁ ਮੈਂ ਲਿਆਂਦੀ ਉਹਨੇ 14 ਕਿਲੋ ਦਾ ਰਿਕਾਰਡ ਦਿੱਤਾ ਪਹਿਲੇ ਸੂਰੇ। ਅੱਛਾ, ਪਹਿਲੇ ਸੂਰੇ 14 ਲੀਟਰ ਜਿਹੜਾ ਦੁੱਧ ਇਹਨੇ ਚਵਾਇਆ ਵਾ। ਹਾਂਜੀ ਹਾਂਜੀ, ਐਟੀ 16 ਕਿਲੋ ਦਾ। ਅੱਛਾ। ਹਾਂਜੀ। ਤੇ ਬਾਕੀ ਐ ਠੰਡੀ ਧੀਰੀ ਬਹੁਤ ਜ਼ਿਆਦੀ ਆ। ਠੀਕ ਹੈ। ਤੇ ਟੀਕੇ ਦਾ ਚੋਣ ਲੱਗਿਆ ਖਰਾਬ ਤੇ ਨਹੀਂ ਕਰਦੀ? ਮੈਨੂੰ ਕੋਈ ਗੱਲਬਾਤ ਨਹੀਂ। ਤੇ ਇਹਦਾ ਕੀ ਮੁੱਲ ਜੇ ਫਿਰ? ਇਹਦਾ ਮੁੱਲ ਮੇਰਾ ਖਿਆਲ 53,000। 53,000। ਮੌਕੇ ਤੇ ਮਾਨ ਕਰ ਦੋਗੇ? ਹਾਂ, ਮੌਕੇ ਤੇ ਮਾਨ ਤੁਹਾਨੂੰ ਪੂਰਾ ਹੋਊਗਾ ਜੀ। ਕੋਈ ਫੋਨ ਲਾਵੇ ਇੱਕ ਕਰੀ, ਹੈ ਨਾ? ਕੋਈ ਗੱਲ ਹੀ ਨਹੀਂ ਮੈਂ। ਠੀਕ ਹੈ ਜੀ। ਹਾਂ ਦੇ ਸਾਰੇ 53,000 ਚ ਮਾਨ ਜਿਹੜਾ ਕਹਿੰਦੇ ਕਿ ਇਹਦਾ ਕਰ ਦਿਆਂਗੇ। ਸੂਆ ਜਿਹੜਾ ਇਹਨੇ ਦੂਸਰਾ ਸੋਨਾ ਆ। ਬਾਕੀ ਹੁਣ ਇੱਕ ਤੁਹਾਨੂੰ ਦੂਸਰੇ ਨੰਬਰ ਤੇ ਇੱਕ ਮੈਂ ਤੁਹਾਨੂੰ ਦਿਖਾਉਣੀ, ਕਾਫੀ ਚੰਗੇ ਕੱਦ ਕਾਠ ਵਾਲੀ ਆ। ਇਹਦਾ 20 ਕਿਲੋ ਦਾ ਰਿਕਾਰਡ ਹੈ। ਕਿੰਨਾ ਜੇ ਦਾ ਰਿਕਾਰਡ? ਇਸ ਵਕਤ ਤੇ 7 ਕਿਲੋ ਦੁੱਧ ਹੈ, ਪਰ ਆਪਾਂ 6 ਕਿਲੋ ਦੀ ਗਾਰੰਟੀ ਦੇਣੀ ਆ। ਅੱਛਾ। ਪਰ ਜਿਹੜਾ ਰਿਕਾਰਡ ਹੈਗਾ 20 ਕਿਲੋ ਤੋਂ ਪਲੱਸ ਹੈ। ਅੱਛਾ। ਹਾਂਜੀ। 20 ਲੀਟਰ ਜਿਹੜਾ ਦੁੱਧ ਇਹਨੇ ਚਵਾਇਆ। ਹਾਂਜੀ ਹਾਂਜੀ, ਮੈਂ ਆਪ ਚਵਾਇਆ। ਅੱਛਾ। ਹਾਂਜੀ ਹਾਂਜੀ। ਕਿੰਨਵਾਂ ਸੂਆ ਜੇ ਦਾ? ਇਹ ਐਕਚੁਅਲੀ ਹੁਣ ਤੀਜੇ ਸੂਏ ਸੋਣੀ ਜੇ ਦੱਸੋ। ਤੀਸਰੇ ਸੂਏ ਸੋਣੀ ਆ। ਹਾਂਜੀ। ਠੀਕ ਹੈ। ਤੇ ਇਹ ਕਿੰਨੇ ਚਿਰ ਦੀ ਗੱਬਣ ਚੱਕ ਪਾਸ? ਇਹ ਸਰ ਜੀ 4 ਮਹੀਨੇ ਦੀ ਗੱਬਣ ਜੀ। ਅੱਛਾ। 4 ਮਹੀਨੇ ਪੂਰੇ ਹੋ ਗਏ ਨੇ। ਚੈੱਕ ਪਾਸ ਹੈ? ਬਿਲਕੁਲ ਚੈੱਕ ਪਾਸ ਹੈ। ਤੇ ਇਹ ਕਿੱਦਾਂ ਮਿਲਦੀ ਜੀ? ਬਾਈ ਦਾ ਵੇ, ਕੋਈ ਆਪਣਾ ਡਾਕਟਰ ਵੀ ਲਿਆਉਣਾ ਚਾਹੀਦਾ ਆਪਾਂ ਨੂੰ, ਕੋਈ ਮੁਸ਼ਕਲ ਨਹੀਂ, ਆਪਾਂ ਡਾਕਟਰ ਲੈ ਕੇ ਚੈੱਕ ਵੀ ਕਰਾ ਸਕਦੇ। ਅੱਛਾ, ਆਪਣਾ ਡਾਕਟਰ ਲਿਆ ਕੇ ਚੈੱਕ ਕਰਾਵੇ, ਹੈ ਨਾ? ਤੇ ਇਹ ਕਿੰਨੇ ਚਿਰ ਦੀ ਚੈੱਕ ਪਾਸ ਚ? ਇਹ 4 ਮਹੀਨੇ ਦੀ। 4 ਮਹੀਨਿਆਂ ਦੀ ਚੈੱਕ ਪਾਸ ਹੈ। ਤੇ ਬਾਕੀ ਇਹਨੂੰ ਕੋਈ ਬੱਚੇ ਦੀ ਪਰਵਾਹ ਨਹੀਂ, ਕੋਈ ਟੀਕੇ ਦੀ ਪਰਵਾਹ ਨਹੀਂ, ਕਿ ਥਾਪੀ ਦੇ ਮਿਲਦੀ ਜੀ। ਅੱਛਾ ਜੀ। ਇਸ ਤਰ੍ਹਾਂ ਜਿਹੜਾ ਥੱਲੇ ਬਹਿ ਜਾਣਾ ਵਾ। ਠੀਕ ਹੈ ਜੀ। ਅੱਛਾ, ਠੀਕ ਹੈ ਜੀ। ਬਾਕੀ ਹੁਣ ਜਿਹੜੀ ਠੰਡੀ ਧੀਰੀ ਆ, ਥਣਾਂ ਦਾ ਸਾਈਜ਼ ਗੈਪ ਜਿਹੜਾ ਕਾਫੀ ਚੰਗਾ, ਅਤੇ ਮਿਲ ਕੇ ਮੈਨੂੰ ਵੀ ਕਾਫੀ ਮੋਟੀ ਗਾਵਾਂ ਵਰਗੀ ਲੱਗੀ ਆ। ਬਾਕੀ ਜਿਹੜੇ ਵੀਰਾਂ ਨੂੰ ਜਾਣਕਾਰੀ ਹੈ ਪਸ਼ੂਆਂ ਬਾਰੇ, ਉਹ ਵੀਰਾਂ ਨੇ ਜਿਹੜਾ ਆਪੇ ਸਮਝ ਲੈਣਾ ਵਾ। ਖੋਲੋ ਹਾਂ ਵਿਧੀ ਤੋਰ ਦੀ ਹੈ ਕਰੀ ਇਹਨਾਂ ਨੂੰ। ਬਾਕੀ ਕੱਦ ਕਾਠ ਦੀ ਜਿਹੜੀ ਕਾਫੀ ਚੰਗੀ, ਅਤੇ ਸਾਂਭੀ ਸੁੰਭੀ ਵੀ ਚੰਗੀ ਆ, ਭਾਰੇ ਪੱਲੇ ਦੀ ਮੱਝ ਆ ਜਿਹੜੀ ਇਹ ਵਾਲੀ। ਠੀਕ ਹੈ ਵੀਰ ਜੀ, ਇੱਕ ਵਾਰੀ ਸਿੱਧੀ ਲੈ ਜਾਓ ਵੀਰ ਜੀ। ਆ ਜਾਓ, ਲੈ ਆ, ਬੰਦ ਆ। ਬਾਕੀ ਅੱਜ ਮੀਂਹ ਜਿਹੜਾ ਕਾਫੀ ਸਵੇਰ ਦਾ ਜਿਹੜਾ ਪੈਣ ਦਿਆ ਵਾ, ਅਤੇ ਉਹਦੇ ਕਰਕੇ ਕੁਛ ਪਸ਼ੂ ਵੀ ਨਹੀਂ ਜਿਹੜੇ ਪੂਰੇ ਰੱਜੇ ਰੁੱਜੇ, ਕਿਉਂਕਿ ਮੀਂਹ ਜਿਹੜਾ ਕੱਲ੍ਹ ਵੀ ਕਾਫੀ ਪੈ ਗਿਆ ਵਾ। ਹਾਂ, ਪਿੱਛੇ ਹਵਾ ਨਾਲ ਦੇਖ ਸਕਦੇ ਜੇ ਤਾਂ ਚੰਗੀ ਤਰ੍ਹਾਂ, ਤੇ ਪਿੱਠ ਪੁੜਾ ਵੀ ਦੇਖ ਸਕਦੇ ਜੀ। ਠੰਡੀ ਸੀਲ ਬਹੁਤ ਜਲਦੀ, ਭਾਵੇਂ ਜਿਹੜਾ ਮਰਜ਼ੀ ਵੀ ਥੱਲੇ ਬਹਿ ਜਾਓ। ਅੱਛਾ। ਯਾਨੀ ਕਿ ਮੇਰੇ ਘਰ ਆਪਣੇ ਘਰ ਆ। ਹਾਂਜੀ, ਜਿਹੜਾ ਮਰਜ਼ੀ ਚ ਹੋਵੇ। ਠੀਕ ਹੈ ਜੀ। ਆਪਾਂ ਖੁੱਲੀ ਦੋ ਟਾਈਮ ਚਵਾ ਕੇ ਦਵਾਂਗੇ।
ਤੇ ਥਣ ਥਣ ਵੀਰ ਜੀ ਸਾਰੀਆਂ ਦੇ ਪੂਰੇ ਦੋਵਾਂ ਦੇ ਮੈਂ ਨਾ ਬਿਲਕੁਲ ਵਧੀਆ ਵੀਰ ਜੀ ਕੋਈ ਵਾਧ ਘਾਟ ਨਾ ਨਾ ਕੋਈ ਗੱਲਬਾਤ ਨਹੀਂ ਤੇ ਇਹਦਾ ਕੀ ਮੁੱਲ ਜੇ ਇਹਦਾ ਮੁੱਲ ਵੀਰ ਜੀ ਮੈਂ ਕਰਦਾ ਜੋ 67000 67000 ਤੇ ਮਾਨਤਾ ਨੂੰ ਮੌਕੇ ਤੇ ਕਰ ਦੋਗੇ ਵੀਰ ਜੀ ਮਾਨਤਾ ਵੀ ਜਾਂਦਾ ਅੱਛਾ ਕੋ ਫੋਨ ਲਾਵੇ ਹਨਾ ਇੱਕ ਵਾਰੀ ਜ਼ਰੂਰ ਹਾਂਜੀ ਠੀਕ ਆ ਤੇ ਇਹਦਾ ਤੁਸੀਂ ਕਹਿੰਦੇ ਕਿ 20 ਲੀਟਰ ਜਿਹੜਾ ਦੁੱਧ ਹਾਂਜੀ 20 ਲੀਟਰ ਰਿਕਾਰਡ ਹੈ ਮੈਂ ਚੋਇਆ ਠੀਕ ਹੈ ਜੀ ਹਾਂਜੀ ਠੀਕ ਹੈ ਵੀਰ ਜੀ ਹੋਰ ਕੁਝ ਕਹਿਣਾ ਜੀ ਬਸ ਠੀਕ ਹੈ ਵੀਰ ਜੀ ਕੋਈ ਗੱਲ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਦੇ ਸਕਦੇ ਹਾਂ 3 ਮਹੀਨੇ ਦੀ ਗੱਬਣੇ ਅਤੇ ਆ ਜਿਹੜੀ 4 ਮਹੀਨੇ ਦੀ ਗੱਬਣੇ ਬਾਕੀ ਇੱਥੇ ਆ ਕੇ ਆਪਣੀ ਚੈੱਕ ਕਰਵਾ ਕੇ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ